ਲੁਧਿਆਣਾ ਦੇ ਨੂਰਵਾਲਾ ਰੋਡ ਤੇ ਸਥਿਤ ਲਾਜਪਤ ਨਗਰ ਵਿਖੇ ਇੱਕ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਹ ਅੱਗ ਸ਼ੁੱਕਰਵਾਰ ਸਵੇਰੇ 4 ਵਜੇ ਦੇ ਕਰੀਬ ਲੱਗੀ। ਇੱਕ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਨਾਲ ਦੀਆਂ 2 ਹੋਰ ਫੈਕਟਰੀਆਂ ਨੂੰ ਉਸਨੇ ਆਪਣੀ ਚਪੇਟ 'ਚ ਲੈ ਲਿਆ। ਇਹ ਫੈਕਟਰੀਆਂ ਵਿਨਾਇਕ ਸੰਸ, JS ਦੁਆਬਾ ਅਤੇ AK ਸੰਸ ਦੱਸੀਆਂ ਜਾ ਰਹੀਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਤੜਕਸਾਰ ਅੱਗ ਲੱਗ ਗਈ ਅਤੇ ਹੁਣ ਤੱਕ ਕਈ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਾਈਆਂ ਗਈਆਂ ਨੇ। ਜਗਰਾਓਂ ਅਤੇ ਨਵਾਂ ਸ਼ਹਿਰ ਤੋਂ ਵੀ ਗੱਡੀਆਂ ਮੰਗਾਈਆਂ ਗਈਆਂ ਨੇ। ਉਹਨਾਂ ਕਿਹਾ ਕਿ ਛੇਤੀ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ। ਉੱਥੇ ਦੂਜੇ ਪਾਸੇ ਮੌਕੇ ਤੇ ਪਹੁੰਚੇ SDM ਲੁਧਿਆਣਾ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲਿਆ, ਪਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਅੱਜ ਸਵੇਰੇ 3 ਵਜੇ ਸ਼ੋਰਟ ਸਰਕਟ ਨਾਲ ਮੇਰੇ ਛੋਟੇ ਬ੍ਰਦਰ ਦੀ ਫੈਕਟਰੀ ਹੈ ਵਿਨਾਇਕ ਸੰਸ ਫੈਬਰੀਕੇਟਰ, ਉੱਥੋਂ ਆ ਕੇ ਸਟਾਰਟ ਹੋਈ। ਉਸ ਦੇ ਨਾਲ ਇੱਕ ਕਿਸਾਨ ਨੂੰ ਹੋਈ ਹੈ ਔਰ ਉਹਨਾਂ ਦੇ ਵੀ ਇਸ ਟਾਈਮ ਵੀ ਲੱਗੀ ਹੋਈ ਅੱਗ ਚੱਲ ਰਹੀ ਹੈ, ਤੁਸੀਂ ਦੇਖ ਰਹੇ ਹੋ। ਬਿਲਕੁਲ ਤਬਾਹ ਹੋ ਗਿਆ, 0% ਕੁਛ ਨਹੀਂ ਬਚਿਆ ਉੱਥੇ। ਇਹਨਾਂ ਦਾ ਕੱਪੜਾ ਬੰਦ ਸੀ। ਹਾਂ ਨਹੀਂ, ਸਾਰੇ ਸੇਫ ਹੈਗੇ, ਬਾਹਰ ਆ ਗਏ। 3 ਵਜੇ ਸ਼ੋਰਟ ਸਰਕਟ ਆ ਗਈਆਂ ਜੀ, 50 ਗੱਡੀਆਂ ਤਾਂ ਲੱਗ ਚੁੱਕੀਆਂ ਹੈਗੀਆਂ। ਕੋਈ ਦਿੱਕਤ ਨਹੀਂ ਹੈ, ਸਹੀ ਚੱਲ ਰਿਹਾ ਜੀ, ਕੋਈ ਦਿੱਕਤ ਨਹੀਂ ਹੈ। ਇਹ ਜਿਹੜੀ ਹੈ 2 ਫੈਕਟਰੀਆਂ 'ਚ ਲੱਗੀ ਹੈ, ਇਹ ਸ਼ਿਵਨਗਰ ਦਾ ਏਰੀਆ। ਇਹਦੇ ਸਵੇਰੇ 3 ਵਜੇ ਅੱਗ ਲੱਗੀ ਸੀ, ਜਿਹੜੀ ਫਾਇਰ ਬ੍ਰਿਗੇਡ ਨੂੰ ਇਨਫੋਰਮੇਸ਼ਨ 4 ਵਜੇ ਮਿਲੀ ਹੈ। ਸੂਚਨਾ ਮਿਲਦੇ ਸਾਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਤੁਰੰਤ ਗੱਡੀਆਂ ਜਿਹੜੀਆਂ ਸਾਰੀਆਂ ਅੱਗ 'ਤੇ ਭੇਜ ਦਿੱਤੀਆਂ ਗਈਆਂ। ਸਾਰਾ ਸਟਾਫ ਅਤੇ ਸਾਰੇ ਅਫਸਰ ਜਿਹੜੇ ਅੱਗ 'ਤੇ ਲੱਗੇ ਨੇ, ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜਿਵੇਂ SHO ਸਾਹਿਬ, ACP ਸਾਹਿਬ, SDM ਸਾਹਿਬ ਮੌਕੇ 'ਤੇ ਹਾਜ਼ਰ ਨੇ। ਸਾਰੇ ਅੱਗ ਬੁਝਾਉਣ ਦੇ ਵਿੱਚ ਪੂਰੀ ਹੈਲਪ ਕਰ ਰਹੇ ਨੇ। ਇਹ ਜਿਹੜੀ ਅੱਗ ਜਿਹੜੀ ਤਕਰੀਬਨ ਬੁਝਾ ਦਿੱਤੀ ਗਈ, ਥੋੜ੍ਹੀ ਜਿਹੀ ਰਹਿ ਗਈ ਹੈ ਬਸ, 1-2 ਘੰਟੇ ਅੱਗ ਪੂਰੀ ਤਰ੍ਹਾਂ ਬੁਝਾਤੀ ਆਊ। ਇਹ ਹੌਜ਼ਰੀ ਦੀਆਂ ਫੈਕਟਰੀਆਂ ਨੇ। ਹਾਂਜੀ, ਇਹ ਇੱਕ ਫੈਕਟਰੀ 3 ਮੰਜ਼ਲੀ ਸੀ, ਇੱਕ 4 ਮੰਜ਼ਲੀ, 2 ਫੈਕਟਰੀਆਂ ਚੱਕ ਲੱਗੀ ਸੀ। ਆਹ ਭੀੜੀਆਂ ਗਲੀਆਂ ਤਾਂ ਸਾਰੇ ਸ਼ਹਿਰ 'ਚ ਮੁਸ਼ਕਲ ਹੈਗੀ। ਹੁਣ ਤੱਕ 100 ਗੱਡੀ ਪਾਣੀ ਦੀ ਪੈ ਚੁੱਕੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।